ਆਪਣੀ ਜਾਨ ਖਤਰੇ ਚ ਪਾ ਕੇ ਇਹ ਬੱਚੇ ਕਰਦੇ ਨੇ ਇੰਜੋਇਮੈਂਟ। ਇੱਕ ਤੋਂ ਬਾਅਦ ਇੱਕ ਬੱਚਾ ਲਗਾ ਰਿਹਾ ਨਹਿਰ ਚ ਛਲਾਂਗ, ਕਿਸੇ ਵੀ ਸਮੇਂ ਵਾਪਰ ਸਕਦਾ ਹੈ ਵੱਡਾ ਹਾਦਸਾ। ਪਾਣੀ ਦੇ ਵੱਧਦੇ ਲੈਵਲ ਤੋਂ ਬੇਖੌਫ ਬੱਚੇ ਨਹਿਰ ਚ ਨਹਾਉਣ ਲਈ ਮਸਤ। ਇਹ ਤਸਵੀਰਾਂ ਨੇ ਪਠਾਨਕੋਟ ਦੇ ਪਿੰਡ ਮਾਧੋਪੁਰ ਵਿਆਸ ਲਿੰਕ ਨਹਿਰ ਦੀਆਂ, ਜਿੱਥੇ ਬੱਚੇ ਬੇਖੌਫ ਨਹਿਰੀ ਪਾਣੀ ਚ ਨਹਾ ਰਹੇ ਨੇ। ਇੱਥੇ ਸਾਫ਼ ਲਿਖਿਆ ਹੈ ਕਿ ਨਹਿਰ ਦਾ ਪਾਣੀ ਕਿਸੇ ਵਕਤ ਵੀ ਵੱਧ ਸਕਦਾ ਹੈ ਤੇ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਬਾਬਤ ਜਦੋਂ ਪਠਾਨਕੋਟ ਦੇ ADC ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਲਦ ਇਸ ਮਾਮਲੇ ਨੂੰ ਸੁਲਝਾਇਆ ਜਾਵੇਗਾ। ਸੈਕਸ਼ਨ 144 ਦੇ ਤਹਿਤ ਫਿਰ ਵੀ ਅਗਰ ਕੋਈ ਐਸਾ ਕੋਈ ਨਹਿਰੋਂ ਮੇਂ ਬੱਚੇ ਨਹਾ ਰਹੇ ਹੈ ਤੋ ਹਮ ਇਰੀਗੇਸ਼ਨ ਡਿਪਾਰਟਮੈਂਟ ਐਂਡ ਪੰਜਾਬ ਪੁਲਿਸ ਕੋ ਤੁਰੰਤ ਅਭੀ ਬੋਲ ਦੇਂਗੇ ਵੀ ਉਹ ਰੇਨੀ ਸੀਜ਼ਨ ਦੇ ਦੌਰਾਨ ਬੱਚੋਂ ਕੋ ਨਾ ਨਹਾਨੇ ਦੇ ਤਾਂ ਕਿ ਕੋਈ ਕੋਈ ਇੰਸੀਡੈਂਟ ਨਾ ਵਾਪਰੇ। ਬਰਸਾਤੀ ਔਸਤ 'ਚ ਨਹਿਰਾਂ ਦਾ ਪਾਣੀ ਇੱਕੋ ਦਮ ਵਧਣ ਦਾ ਡਰ ਰਹਿੰਦਾ। ਜੇਕਰ ਤੁਸੀਂ ਵੀ ਆਪਣੇ ਇਲਾਕੇ 'ਚ ਬੱਚਿਆਂ ਨੂੰ ਇਸ ਤਰ੍ਹਾਂ ਨਹਾਉਂਦੇ ਦੇਖਦੇ ਹੋ ਤਾਂ ਉਹਨਾਂ ਨੂੰ ਅਜਿਹਾ ਕਰਨ ਤੋਂ ਵਰਜੋ, ਕਿਉਂਕਿ ਜਾਨ ਕੀਮਤੀ ਹੈ। ਪਠਾਨਕੋਟ ਤੋਂ ਧਰਮਿੰਦਰ ਠਾਕੁਰ ਦੀ ਰਿਪੋਰਟ, ਜਗਬਾਣੀ ਟੀਵੀ।